ਅਸੀਂ ਹੁਣ ਪਹੁੰਚ ਚੁੱਕੇ ਹਾਂ ਜੀ ਸਤਨਾਮ ਇੰਟਰਲੌਕ ਸੀਮੈਂਟ ਐਂਡ ਪਾਈਪ ਫੈਕਟਰੀ। ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪਾਈਪ ਐਂਡ ਟਾਈਲ ਫੈਕਟਰੀਜ਼ ਦੇ ਬਾਰੇ ਜ਼ਰੂਰ ਸੁਣਿਆ ਹੋਵੇਗਾ ਤੁਸੀਂ, ਪਰ ਇਸ ਦੀ ਚਰਚਾ ਜਿਹੜੀ ਹੈ ਕੁਝ ਜ਼ਿਆਦਾ ਹੀ ਹੈ। ਉਹ ਕਿਉਂ ਹੈ, ਕੀ ਖਾਸ ਦੇ ਰਹੇ ਨੇ, ਇਹ ਤਾਂ ਆਪਾਂ ਅੰਦਰ ਚੱਲ ਕੇ ਦੇਖਾਂਗੇ। ਉਹਦੇ ਲਈ ਪਹਿਲਾਂ ਤੁਸੀਂ ਐਡਰੈਸ ਨੋਟ ਕਰ ਲਓ ਜੀ, ਪਿੰਡ ਮਸਾਣੀ, ਤਹਿਸੀਲ ਫਲੌਰ, ਜ਼ਿਲ੍ਹਾ ਜਲੰਧਰ। ਜੇਕਰ ਤੁਸੀਂ ਘਰਾਂ ਦੀ ਚੜਾਈ ਕਰਨਾ ਚਾਹੁੰਦੇ ਹੋ, ਕੰਧਾਂ ਦੀ ਚੜਾਈ ਕਰਨਾ ਚਾਹੁੰਦੇ ਹੋ, ਤੇ ਉਹਦੇ ਵਾਸਤੇ ਇੱਟਾਂ ਦੀ ਲੋੜ ਪੈਂਦੀ ਹੈ। ਸੋ ਤੁਹਾਨੂੰ ਇੱਥੇ ਜਿਹੜੀਆਂ ਨੇ ਉਹ ਇੱਟਾਂ ਵੀ ਦੇਖਣ ਨੂੰ ਮਿਲਣਗੀਆਂ, ਤੁਸੀਂ ਇੱਟਾਂ ਨੂੰ ਆਰਡਰ ਵੀ ਕਰ ਸਕਦੇ ਹੋ। ਜੇਕਰ ਖੇਤਾਂ ਦੇ ਵਿੱਚ ਤੁਸੀਂ ਬਾੜ ਕਰਨਾ ਚਾਹੁੰਦੇ ਹੋ ਜਾਂ ਫਿਰ ਕੋਈ ਖੁੱਲ੍ਹਾ ਪਲਾਟ ਆ ਉਹਦੇ ਵਿੱਚ ਤੁਸੀਂ ਬਾੜ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਵਾਸਤੇ ਇੱਥੇ ਉਹ ਵੀ ਆਪਸ਼ਨ ਅਵੇਲੇਬਲ ਮਿਲ ਗਈ ਆ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਹੈ ਜੀ ਸਿਮੈਂਟਡ ਪਿੱਲਰ, ਇਹਨਾਂ ਦੇ ਨਾਲ ਤੁਸੀਂ ਪਲਾਟ ਜਾਂ ਖੇਤਾਂ ਦੇ ਆਲੇ ਦੁਆਲੇ ਬਾੜ ਕਰ ਸਕਦੇ ਹੋ। ਜੀ ਤੁਹਾਨੂੰ ਇੱਥੇ ਅਲੱਗ ਅਲੱਗ ਕਿਸਮ ਦੀਆਂ ਟਾਇਲਸ ਜਿਹੜੀਆਂ ਉਹ ਅਵੇਲੇਬਲ ਮਿਲਣਗੀਆਂ। ਉਹ ਚਾਹੇ ਤੁਸੀਂ ਹੋਟਲ ਦੇ ਵਿੱਚ ਯੂਜ਼ ਕਰਨੀਆਂ ਨੇ, ਰੋਡਸ ਦੇ ਲਈ ਯੂਜ਼ ਕਰਨੀਆਂ ਨੇ, ਗਲੀਆਂ ਦੇ ਲਈ ਯੂਜ਼ ਕਰਨੀਆਂ ਨੇ, ਘਰ ਦੇ ਲਈ ਯੂਜ਼ ਕਰਨੀਆਂ ਨੇ, ਜਿੱਦੇ ਵੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਟਾਇਲਸ ਦੀ ਜਿਹੜੀ ਵਰਤੋਂ ਚਾਹੀਦੀ ਹੈ, ਤਾਂ ਤੁਸੀਂ ਟਾਇਲਸ ਜਿਹੜੀਆਂ ਨੇ ਇੱਥੋਂ ਆ ਕੇ ਖਰੀਦ ਸਕਦੇ ਹੋ। ਅਤੇ ਪ੍ਰੋਪਰ ਟਾਇਲਸ ਦੀ ਜਿਹੜੀ ਚੈਕਿੰਗ ਹੈ ਉਹ ਲੈਬ ਦੇ ਵਿੱਚ ਹੁੰਦੀ ਹੈ, ਅਤੇ ਪ੍ਰੋਪਰ ਚੈੱਕ ਕਰਕੇ ਫਿਰ ਤੁਹਾਨੂੰ ਤੁਹਾਡੇ ਘਰ ਤੱਕ ਡਿਲੀਵਰ ਕੀਤੀਆਂ ਜਾਂਦੀਆਂ ਨੇ। ਟਾਇਲਾਂ ਬਣਾਉਣ ਦੇ ਲਈ ਜਿਹੜਾ ਮਿਕਸਚਰ ਬਣਾਇਆ ਜਾਂਦਾ ਆ ਉਹਦੇ ਵਾਸਤੇ ਪ੍ਰੋਪਰ ਜਿਹੜਾ ਆ ਬਜਰੀ ਦਾ, ਰੇਤਾ ਦਾ ਸਾਰਾ ਜਿਹੜਾ ਮਟੀਰੀਅਲ ਆ ਉਹ ਚੈੱਕ ਕੀਤਾ ਜਾਂਦਾ ਆ ਸਭ ਤੋਂ ਪਹਿਲਾਂ, ਅਤੇ ਫਿਰ ਉਸਦੀ ਕੁਆਲਿਟੀ ਦੇ ਹਿਸਾਬ ਨਾਲ ਉਸਨੂੰ ਮਿਕਸ ਕੀਤਾ ਜਾਂਦਾ ਆ। ਅਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇਸਨੂੰ ਲਾਈਵ ਦੇਖਣਾ ਚਾਹੁੰਦੇ ਹੋ, ਤਾਂ ਤੁਸੀਂ ਇੱਥੇ ਖੜ ਕੇ ਵੀ ਇਸ ਮਿਕਸਚਰ ਨੂੰ ਰੈਡੀ ਹੁੰਦੇ ਹੋਏ ਦੇਖ ਸਕਦੇ ਹੋ। ਪਾਰਕਿੰਗ ਦੇ ਲਈ ਅਲੱਗ ਟਾਇਲਸ ਦਾ ਜਿਹੜਾ ਇਸਤੇਮਾਲ ਹੁੰਦਾ ਹੈ, ਸੋ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਇੱਥੇ ਪਾਰਕਿੰਗ ਦੇ ਲਈ ਵੀ ਸਿਮੈਂਟਡ ਟਾਇਲਸ ਜਿਹੜੀਆਂ ਦੇਖਣ ਨੂੰ ਮਿਲਣਗੀਆਂ। ਅਤੇ ਨਾਲ ਦੀ ਨਾਲ ਤੁਸੀਂ ਮੋਸਟਲੀ ਪਿੰਡਾਂ ਦੇ ਵਿੱਚ ਦੇਖਿਆ ਹੋਏਗਾ ਕਿ ਸਿਮੈਂਟਡ ਜਿਹੜੀਆਂ ਸੀਟਸ ਹੁੰਦੀਆਂ ਨੇ, ਬੈਂਚਸ ਬਣੇ ਹੁੰਦੇ ਨੇ ਸੀਮੈਂਟ ਦੇ, ਉਹ ਵੀ ਤੁਹਾਨੂੰ ਇੱਥੇ ਬਣੇ ਬਣਾਏ ਜਿਹੜੇ ਆ ਅਵੇਲੇਬਲ ਮਿਲਣਗੇ, ਔਰ ਡਿਫਰੈਂਟ ਡਿਫਰੈਂਟ ਕਲਰਸ ਦੇ ਵਿੱਚ ਵੀ ਤੁਸੀਂ ਇਸਨੂੰ ਆਰਡਰ ਕਰ ਸਕਦੇ ਹੋ। ਤੁਸੀਂ ਦੇਖ ਸਕਦੇ ਹੋ ਕਿ ਇੱਕ ਲੰਬੀ ਲਾਈਨ ਦੇ ਵਿੱਚ, ਇੱਕ ਬਲਕ ਦੇ ਵਿੱਚ ਤੁਹਾਨੂੰ ਇੱਥੇ ਪਾਈਪਸ ਜਿਹੜੀਆਂ ਨੇ ਦੇਖਣ ਨੂੰ ਮਿਲ ਰਹੀਆਂ ਨੇ। ਔਰ ਕੁਆਲਿਟੀ ਵਾਈਜ਼ ਜੇਕਰ ਗੱਲ ਕਰੀਏ, ਤੇ ਕੁਆਲਿਟੀ ਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ ਕਿ ਕੋਈ ਕੰਪਰੋਮਾਈਜ਼ ਨਹੀਂ ਹੋ ਰਿਹਾ। ਇਹਨਾਂ ਦੀ ਟੀਮ ਜਿਹੜੀ ਹੈ ਪ੍ਰੋਪਰ ਤੁਹਾਡੇ ਖੇਤਾਂ ਤੱਕ ਜਾਂਦੀ ਹੈ, ਐਸਟੀਮੇਟ ਲੈਂਦੀ ਹੈ ਸਾਈਜ਼ ਕਿੰਨਾ ਆ ਅਤੇ ਕਿੰਨੀਆਂ ਪਾਈਪਸ ਜਿਹੜੀਆਂ ਯੂਜ਼ ਹੋਣਗੀਆਂ, ਉਸਦੇ ਅਕੋਰਡਿੰਗ ਇੱਥੋਂ ਪਾਈਪਸ ਜਿਹੜੀਆਂ ਨੇ ਟਰਾਲੀਆਂ ਦੇ ਵਿੱਚ ਡਿਲੀਵਰ ਹੁੰਦੀਆਂ ਨੇ ਤੁਹਾਡੇ ਖੇਤਾਂ ਤੱਕ, ਅਤੇ ਜਿਹੜੀ ਟੀਮ ਹੈ ਇਹ ਪਾਈਪ ਲਾਈਨ ਨੂੰ ਵਿਛਾਉਣ ਦੇ ਵਿੱਚ ਵੀ ਤੁਹਾਡੀ ਮਦਦ ਕਰਦੀ ਹੈ। ਇੱਕ ਗੱਲ ਮੈਨੂੰ ਇੱਕ ਹੋਰ ਖਾਸ ਲੱਗੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਨੰਬਰ ਆਫ ਪਾਈਪ ਫੈਕਟਰੀਜ਼ ਤੇ, ਬਟ ਇਹਨਾਂ ਦੀ ਫੈਕਟਰੀ ਵਿੱਚ ਪਾਈਪਸ ਦੇ ਰੇਟ ਜਿਹੜੇ ਨੇ ਉਹ ਤੁਹਾਨੂੰ ਬਹੁਤ ਜ਼ਿਆਦਾ ਜੈਨੂਇਨ ਮਿਲਣਗੇ। ਕਿਉਂਕਿ ਜਿਹੜੀ ਇੰਟਰਲੋਕ ਟਾਇਲ ਬਣਦੀ ਆ, ਅਸੀਂ ਗੁੱਡ ਕੁਆਲਿਟੀ ਬਣਾਉਂਦੇ ਹਾਂ ਅਤੇ ਹਰ ਜਗ੍ਹਾ ਟਰੈਵਲ ਕਰਦੇ ਹਾਂ। ਜਿੱਦਾਂ ਥੋੜ੍ਹਾ ਕਿਸੇ 500-700 ਫੁੱਟ ਮਾਲ ਲੈਣਾ, ਉਹਦਾ 'ਚ ਕਿਰਾਇਆ ਚਾਰਜ ਕਰਨਾ ਪੈਂਦਾ, ਪੂਰਾ ਲੋਡ ਜਾਵੇ ਤਾਂ ਕੋਈ ਚਾਰਜ ਨਹੀਂ ਕਰਦੇ ਸੀ। ਬਾਕੀ ਹਰ ਤਰ੍ਹਾਂ ਦੇ ਪੈਪ ਬਣਾਉਂਦੇ ਹਾਂ ਅਤੇ ਕਿਸੇ ਕਿਸਮ ਦੀ ਇੱਦਾਂ ਦੀ ਟਰਬਲ ਨਹੀਂ ਹੁੰਦੀ। ਤੇ ਜਿੱਦਾਂ ਹੁਣ ਜਿਹੜੀਆਂ ਟਾਇਲਸ ਲੋਕ ਮਤਲਬ ਆਰਡਰ ਕਰਦੇ ਨੇ ਜਾਂ ਪਾਈਪਸ ਆਰਡਰ ਕਰਦੇ ਨੇ, ਤੇ ਉਹਨਾਂ ਦੇ ਕੋਲ ਕਈ ਵਾਰੀ ਟਾਈਮ ਨਹੀਂ ਹੁੰਦਾ, ਟਰਾਂਸਪੋਰਟੇਸ਼ਨ ਦਾ ਪ੍ਰੋਪਰ ਸਾਧਨ ਨਹੀਂ ਹੁੰਦਾ, ਤੇ ਉਹਦੇ ਲਈ ਕੋਈ ਤੁਸੀਂ ਫੈਸਿਲਿਟੀ ਦੇ ਰਹੇ ਹੋ ਜੀ? ਉਹਦੇ ਲਈ ਸਾਡੇ ਕੋਲ ਸਾਰਾ ਡਿਲੀਵਰੀ ਦਾ ਸਮਾਨ ਹੈਗਾ, ਅਸੀਂ ਉੱਥੇ ਧੌਰ ਮਾਲ ਪਹੁੰਚਦਾ ਸਾਡੇ ਕੋਲ ਆਪਣੇ ਟਰਾਂਸਪੋਰਟ ਆ, ਅਸੀਂ ਮਾਲ ਸਾਰਾ ਉੱਪਰ ਦਾ ਕਰ ਦੇਣਾ ਜੀ। ਥੈਂਕ ਯੂ ਸੋ ਮਚ ਸਰ, ਇੰਨੀ ਵਧੀਆ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ। ਬਾਕੀ ਅਗਰ ਤੁਸੀਂ ਹੋਰ ਕੋਈ ਜਾਣਕਾਰੀ ਚਾਹੁੰਦੇ ਹੋ ਜਾਂ ਫਿਰ ਕੁਝ ਆਰਡਰ ਕਰਨਾ ਚਾਹੁੰਦੇ ਹੋ, ਤਾਂ ਨੀਚੇ ਲਿਖੇ ਨੰਬਰਸ ਦੇ ਉੱਤੇ ਕੰਟੈਕਟ ਕਰ ਸਕਦੇ ਹੋ ਅਤੇ ਵਿਜ਼ਿਟ ਵੀ ਕਰ ਸਕਦੇ ਹੋ।